ਹਾਂਜੀ ਸੱਸੀ ਗੱਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਣਕ ਦੇ ਆਪਾਂ ਕਿੰਨੇ ਕੁ ਝਾੜ ਦੀ ਕਿੱਥੋਂ ਕਿ ਤੱਕ ਝਾੜ ਆ ਸਕਦੇ ਨੇ ਇਸ ਵਾਰ ਕਿਉਂਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀ ਕਣਕ ਦੇ ਉੱਤੇ ਸੇਵਾ ਕੀਤੀ ਜਾਂਦਾ ਪਾਪ ਐਨ ਪੀ ਕੇ ਦਾ ਸੜਕਾ ਕੀਤਾ ਜਾਂ ਜਾਂ ਹੋਰ ਖਾਦ ਖਰਾਕ ਪਾਈ ਚੰਗੇ ਟੰਗ ਦੇ ਨਾਲ ਪਾਣੀ ਲਾਏ ਤੇ ਹੁਣ ਅਸ ਟਾਈਮ ਤੇ ਹਰ ਇੱਕ ਕਿਸਾਨ ਨੂੰ ਆਸ ਹੁੰਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਝਾੜ ਚੰਗਾ ਰਹੇ ਪਰ ਸਾਰਿਆਂ ਤੋਂ ਵੱਡੀ ਗੱਲ ਕਿਸਾਨ ਭਰਾਵੋ ਜਿਹੜਾ ਝਾੜ ਉਹ ਵੈਗਰੂ ਦੀ ਕਿਰਪਾ ਨਾਲ ਵੱਧ ਵੀ ਸਕਦਾ ਤੇ ਕਰੋਪੀ ਨਾਲ ਕਦੇ-ਕਦੇ ਘਟ ਵੀ ਜਾਂਦਾ ਸੋ ਬਾਲਾ ਵੱਡਾ ਫਰਕ ਨਹੀਂ ਹੁੰਦਾ ਇਹਨਾਂ ਦੋਨਾਂ ਗੱਲਾਂ ਦੇ ਵਿੱਚ ਭਾਵ ਕਰਨ ਕਰਬਨ ਹਾਰਾ ਜਿਹੜਾ ਉਹ ਆਪ ਹੀ ਕਾਲਪੁਰਖ ਵੈਗਰੂ ਆ ਕਿਉਂਕਿ ਝਾੜ ਘਟ ਵੀ ਚੱਲ ਜਾਂਦਾ ਕਿਸਾਨ ਭਰਾਵੋ ਪਰ ਜਿਹੜਾ ਉਦੇ ਤੋਂ ਆਉਣ ਵਾਲੀ ਆਪਣੇ ਲਵੇ ਕੋਈ ਵੀ ਕਿਸੇ ਹੀ ਪ੍ਰਕਾਰ ਦੀ ਪੂੰਜੀ ਹੁੰਦੀ ਹੈ ਉਹ ਇੱਕ ਚੰਗੀ ਕਾਰਜ ਤੇ ਲੱਗ ਜੇ ਉਹ ਸਾਰਿਆਂ ਤੋਂ ਵਧੀਆ ਝਾੜ ਹੋਰ ਨਿਪਟਦਾ ਪਰ ਜੇਕਰ ਗੱਲ ਕਰੀਏ ਆਪਾਂ ਕੁਦਰਤ ਦੀ ਜਾਂ ਪ੍ਰਮਾਤਮਾ ਦੀ ਉਹ ਕਿਸੇ ਵੀ ਜੀਵ ਜਾਂ ਵੰਸ਼ਪਤੀ ਦਾ ਮਾਰਾ ਨਹੀਂ ਕਰਦਾ ਪਰ ਫੇਰ ਵੀ ਕਿਉਂਕਿ ਕੁਝ ਕੁ ਚੀਜ਼ਾਂ ਦਾ ਬੈਲੈਂਸ ਹੈ ਜਿਹੜਾ ਉਹ ਬਣਾਈ ਰੱਖਣ ਵਾਸਤੇ ਕਦੇ-ਕਦੇ ਜਿਹੜੀ ਕੁਦਰਤਾ ਨੂੰ ਕਾੜੇ ਫੈਸਲੇ ਲੈਣੇ ਪੈਂਦੇ ਨੇ ਜਿਦੇ ਨਾਲ ਕਿ ਆਪਾਂ ਨੂੰ ਇੱਕ ਸਮੇਂ ਤੇ ਲੱਗਦਾ ਕਿ ਯਾਰ ਨੁਕਸਾਨ ਹੋ ਗਿਆ ਪਰ ਉਹ ਨੁਕਸਾਨ ਜਿਹੜਾ ਉਹ ਅਗਲੇ ਟਾਈਮ ਦੇ ਵਿੱਚ ਆਪਾਂ ਨੂੰ ਵਧੀਆ ਫੈਸਲੇ ਲੈਣ ਦੀ ਗਲਤੀਆਂ ਦੀ ਸੰਭਾਵਨਾ ਜਿਹੜੀ ਉਹ ਘਟਾਉਣ ਤੇ ਤੇ ਕੁਝ-ਕੀ ਚੀਜ਼ਾਂ ਦੀ ਜਿਹੜੀ ਬਹੁਤਾਤ ਉਹਨੂੰ ਇੱਕ ਸਟੇਬਲ ਆਪਾਂ ਕਹਿੰਦੇ ਆ ਜਾਂ ਬੈਲੈਂਸ ਕਰਨ ਵਾਸਤੇ ਮਦਦ ਮਿਲਦੀ ਹੈ ਪਰ ਫੇਰ ਵੀ ਜਿਹੜੀ ਆਪਣੀ ਹੋਮੋ ਸੈਪੀਐਂਸ ਸਪੀਸੀਸ ਹੈਗੀ ਇਹਦੇ ਵਿੱਚ ਪਹਿਲਾਂ ਹੀ ਜਾਣਨ ਦੀ ਜਿਹੜੀ ਸ ਹੈਗੀ ਉਪਾਰੀ ਰਹਿੰਦੀ ਹੈ ਇਸੇ ਕਰਕੇ ਆਪਾਂ ਅੱਜ ਇਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਝਾੜ ਦੀ ਕਿਉਂਕਿ ਇਸ ਸੀਜ਼ਨ ਦੇ ਵਿੱਚ ਹਰ ਇੱਕ ਕਿਸਾਨ ਨੂੰ ਆਸ ਹੁੰਦੀ ਹੈ ਕਿ ਕਿੰਨਾ ਕੁ ਝਾੜ ਰਹਿ ਸਕਦਾ ਕਿਉਂਕਿ ਬੜੀ ਮਿਹਨਤ ਕੀਤੀ ਹੁੰਦੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਕਿਸਾਨ ਭਰਾਵੋ ਜੇਕਰ ਵੀਡੀਓ ਵਧੀਆ ਲੱਗਦੀਆਂ ਨੇ ਚੈਨਲ ਦੇ ਨਾਲ ਨਵੇਂ ਜੁੜਿਓ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਤੇ 1 ਲਾਈਕ ਦੇ ਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਆ ਕਰੋ ਤਾਂ ਹੁਣ ਜੇਕਰ ਗੱਲ ਆਪਾਂ ਸ਼ੁਰੂਆਤ ਕਰੀਏ ਗੱਲ ਦੀ ਕਿਸਾਨ ਵੀਰੋ ਤਾਂ ਹੁਣ ਜਿਹੜੇ ਏਰੀਏ ਦੇ ਵਿੱਚ ਜਾਂ ਜਿਹੜੇ ਇਲਾਕੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਗੜੇ ਮਾਰੀ ਹੋਈ ਆ ਉਹ ਇਲਾਕੇ ਜਾਂ ਆਪਾਂ ਕਹਿੰਦੀ ਉਹ ਕਣਕਾਂ ਇਸ ਵੀਡੀਓ ਦੇ ਵਿੱਚ ਚਰਚਾ ਤੋਂ ਬਾਹਰ ਹੋਣਗੀਆਂ ਕਿਉਂਕਿ ਆਪਾਂ ਨੂੰ ਪਤਾ ਕਿ ਉਹਨਾਂ ਦਾ ਜਿਹੜਾ ਨੁਕਸਾਨ ਆਗਾ ਉਹ ਜਿੰਨੀ ਕੁ ਮਾਰ ਪਈ ਆ ਉਹਨਾਂ ਕ ਨੁਕਸਾਨ ਹਰ ਇੱਕ ਵੀਰ ਨੂੰ ਪਤਾ ਕਿ ਉਹਨਾਂ ਦਾ ਹੋ ਗਿਆ ਉਹਨਾਂ ਦਾ ਝਾੜ ਦੀ ਜਿਹੜੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਝਾੜ ਦੀ ਆਸ ਉਹ ਤੋਂ ਸ਼ਾਇਦ ਨਹੀਂ ਕਰ ਸਕਦੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਨੁਕਸਾਨ ਕਾਫੀ ਹੋ ਗਿਆ ਸੀ ਕਿਸਾਨ ਵੀਰਾਂ ਦਾ ਬਹੁਤ ਸਾਰੇ ਵੀਰ ਬਾਕੇ ਮੂੰਗੀ ਵਗੈਰਾ ਬੀਜ ਰਹੇ ਨੇਗੇ ਚਲੋ ਵੈਗਰੂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਇੱਕ ਵਧੀਆ ਮੌਕਾ ਦੇਵੇ ਤੇ ਅੱਗੇ ਗੱਲ ਕਰੀਏ ਕਿਸਾਨ ਵੀਰੋ ਆਪਾਂ ਪਹਿਲਾਂ ਗਹਿਤੀਆਂ ਕਿਸਮਾਂ ਦੀ ਜਾਂ ਗਹਿਤੀਆਂ ਜਿਹੜੀਆਂ ਕਣਕਾਂ ਬੀਜੀਆਂ ਉਹਨਾਂ ਜਿਹੜੇ ਖੇਤਾਂ ਦੀ ਹੋਈ ਹੈ ਬਜਾਈ 20 ਅਕਤੂਬਰ ਤੋਂ 5 ਨਵੰਬਰ ਤੱਕ ਹੋਈ ਹੈ ਇਹਨਾਂ 15 ਕਿ ਦਿਨਾਂ ਦੇ ਵਿੱਚ ਲਗਭਗ 2-4 ਦਿਨ ਇੱਧਰ ਉੱਧਰ ਹੋ ਜਾਣਗੇ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਕਿਸਾਨ ਵੀਰੋ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ 20 ਅਕਤੂਬਰ ਤੋਂ ਪੰਜ ਵਾਲੀ ਗੱਲਬਾਤ ਕੀਤੀ ਆ ਤੇ ਉਹ 6 ਤਰੀਕ ਤੇ ਜਾ ਕੇ ਲਾਗੂ ਨਹੀਂ ਹੁੰਦੀ ਕਿਉਂਕਿ ਹਰ ਇੱਕ ਰਾਤ ਬਦਲਣ ਦੇ ਨਾਲ ਇੰਨਾ ਜ਼ਿਆਦਾ ਫਰਕ ਨਹੀਂ ਪੈ ਜਾਂਦਾ ਇਹ ਤਾਂ ਇੱਕ ਆਧਾਰਨ ਹੁੰਦੀ ਹੈ ਕਿ ਇਸ ਟਾਈਮ ਤੇ ਬੀਜਾਈ ਜਿਹੜੀ ਹੋਈ ਆ ਉਹਦੇ ਤੇ ਇੰਨਾ ਕੁ ਨੁਕਸਾਨ ਹੋ ਸਕਦਾ ਜਾਂ ਬੈਨੀਫਿਟ ਮਿਲ ਸਕਦਾ ਠੰਡ ਗਰਮੀ ਦਾ ਤੇ ਦੂਸਰੀਆਂ ਦੂ ਅਗਲੀਆਂ ਤੇ ਉਹਨਾਂ ਕ ਜਿੰਨਾਂ ਕ ਆਪਾਂ ਗੱਲਬਾਤ ਕਰਨੀ ਹੁੰਦੀ ਹੈਗੀ ਹੁਣ ਜੇ ਗੱਲ ਕਰੀਏ ਕਿਸਾਨ ਵੀਰੋ 20 ਅਕਤੂਬਰ ਤੋਂ 5 ਨਵੰਬਰ ਤੱਕ ਦੀ ਜਿਹੜੀ ਬਜਾਈ ਹੋਈ ਹੈਗੀ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਆਪਾਂ ਕਹੇ ਲਈ ਜਿਹੜਾ ਪਾਰਾ ਸੀਗਾ ਉਹ ਮਾਈਨਸ ਦੇ ਲਾਗੇ ਬੰਨੇ ਘੁੰਮ ਰਿਆ ਸੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਉਸ ਸਮੇਂ ਗੇਤੀਆਂ ਜਿਹੜੀਆਂ ਕਣਕਾਂ ਸੀ ਉਹ ਸਟ੍ਰੈਸ ਜ਼ਰੂਰ ਮਹਿਸੂਸ ਕੀਤੀ ਸੀ ਉਸ ਟਾਨ ਕਰ ਰਹੇ ਨੇ ਅਸੀਂ ਪਰ ਬਹੁਤ ਸਾਰੇ ਵੀਰਾਂ ਨੇ ਇਹ ਵੀ ਕਰ ਰਹੇ ਸੀ ਕਿ ਕੁੰਡੀਆਂ ਖਾਲੀ ਰਹਿ ਰਹੀਆਂ ਨੇ ਉੱਪਰਲੇ ਦਾਣੇ ਨਹੀਂ ਬਣ ਰਹੇ ਜਾਂ ਬੱਲੀਆਂ ਦੇ ਵਿੱਚ ਬੱਲੀਆਂ ਪਤਲੀਆਂ ਜਿਹੀ ਹੋ ਗਈ ਸੀ ਕਹਿਣ ਦਾ ਭਾਵ ਅੱਧੀ ਕ ਬੱਲੇ ਨੂੰ ਤਾਂ ਰੰਗ ਜਾ ਹੋਇਆ ਦਿਖਾਈ ਦੇਣ ਲੱਗ ਰਿਹਾ ਸੀ ਪਰ ਉਹ ਚੀਜ਼ਾਂ ਨੂੰ ਜਿਹੜੀਆਂ ਕਣਕਾਂ ਨੇ ਆ ਉਹ ਕਵਰ ਕਰ ਚੁੱਕੀਆਂ ਨੇ ਲਗਭਗ 95% ਉਹ ਚੀਜ਼ ਕਵਰ ਹੋ ਗਈ ਹੈਗੀ ਹੁਣ ਇਹ ਨਹੀਂ ਆਪਾਂ ਇਨਕਾਰ ਨਹੀਂ ਕਰ ਸਕਦੇ ਕਿ ਉਹ ਨੁਕਸਾਨ ਨਹੀਂ ਹੋਇਆ ਉਸ ਟਾਈਮ ਤੇ ਭਾਵੇਂ ਕਿ ਗੋਬੇ ਜ ਸੀ ਕਣਕ ਕਹਿਣ ਦਾ ਭਾਵੇਂ ਨਸਾਰਾ ਨਹੀਂ ਲੇਤਾ ਜ ਜ ਨਸਾਰਾ ਲਹਿ ਚੁੱਕੀ ਸੀ ਉਸ ਠੰਡ ਦਾ ਅਸਰ ਹੋਇਆ ਜ਼ਰੂਰ ਪਰ ਜੇਕਰ ਅੱਜ ਦੀ ਘੜੀ ਆਪਾਂ ਦੇਖੀਏ ਤਾਂ ਤੁਸੀਂ ਆਪਣੇ ਖੇਤਾਂ ਦੇ ਵਿੱਚ ਦੇਖ ਰਹੇ ਹੋ ਨਜ਼ਾਰਾ ਤਾਂ ਬੜਾ ਵਧੀਆ ਆਪਾਂ ਕਹਿੰਦੇ ਬੱਲੀਆਂ ਦਾ ਡਾਇਆਮੀਟਰ ਵੀ ਵਧੀਆ ਤੇ ਲੰਬਾਈ ਵੀ ਵਧੀਆ ਤੇ ਉੱਪਰ ਲੀਆਂ ਜਿਹੜੀਆਂ ਖਾਲੀ ਬੱਲੀਆਂ ਦਿਖਾਈ ਦਿੰਦੀਆਂ ਸੀ ਉਹ ਕਿਤੇ ਨਾ ਮਾਤਰ ਬੱਲੀਆਂ 5% ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦੇ ਵੀ ਏਰੀਆ ਦੇ ਵਿੱਚ ਵੱਧ ਤੋਂ ਵੱਧ ਹੋਣ ਗਈਆਂ ਪਰ ਛੇਤੀ ਕਿਤੇ ਦਾਣਾ ਜਿਹੜਾ ਆਪਾਂ ਮੰਝੂ ਰਹਿਣ ਦੀ ਉਹਦੇ ਤੋਂ ਆਸ ਨਹੀਂ ਕਰ ਸਕਦੇ ਕਿਉਂਕਿ ਹੁਣ ਬੱਲੀਆਂ ਦਾ ਆਕਾਰ ਜਿਹੜਾ ਉਹ ਬਹੁਤ ਵਧੀਆ ਢੰਗ ਦੇ ਨਾਲ ਬਣ ਰਿਹਾ ਹੈਗਾ ਤੇ ਵਿੱਚੋਂ ਜਦੋਂ ਦਾਣਾ ਗੇਤੀਆਂ ਗਣਕਾਂ ਦਾ ਆਪਾਂ ਦੇਖਦੇ ਆਂ ਕੱਚਾ ਦੁੱਧਾ ਦੇਖਦੇ ਆਂ ਉਹ ਵੀ ਵਧੀਆ ਜਿੰਨਾ ਕਿ ਇਹਨਾਂ ਦਿਨਾਂ ਦੇ ਵਿੱਚ ਇਸ ਉਮਰ ਦੇ ਵਿੱਚ ਜਿੰਨਾ ਕੋ ਹੋਣਾ ਹੁੰਦਾ ਉਹਨਾਂ ਕੋ ਪ੍ਰੋਪਰ ਹੈਗਾ ਭਾਵੇਂ ਕਿ ਅਗਲੇ ਦਿਨਾਂ ਦੇ ਵਿੱਚ ਉਹਨੇ ਵਧੀਆ ਸ਼ੇਪ ਲੈਣੀ ਆ ਤੇ ਵਧੀਆ ਜਦੋਂ ਨੂੰ ਪਕਾ ਤੱਕ ਜਾਣਾ ਉਹ ਅਸਲ ਦੇ ਅਸਲ ਸ਼ੇਪ ਦੇ ਵਿੱਚ ਉਦੋਂ ਉਹ ਹੋਊਗਾ ਪੱਕਾ ਸੋ ਆਪਾਂ ਕਹਿ ਸਕਦੇ ਆ ਕਿ ਜਿਹੜੀਆਂ ਗੇਤੀਆਂ ਨੇ ਆਪਾਂ ਉਹ ਤੋਂ ਵਧੀਆ ਝਾੜ ਦੀ ਆਸ ਕਰ ਸਕਦੇ ਆਂ ਤੇ ਵਧੀਆ ਰਹੇਗਾ ਵੀ ਕਾਰਨ ਕਿਉਂ ਰਹੇਗਾ ਉਹਦੀ ਗੱਲ ਆਪਾਂ ਅੱਗੇ ਕਰਾਂਗੇ ਪਰ ਉਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਬਣੇ ਜ਼ਰੂਰ ਹੋ ਕਿਸਾਨ ਵੀਰੋ ਐਂਡ ਤੱਕ ਵੀਡੀਓ ਦੇਖ ਲਿਆ ਕਰੋ ਕਿਉਂਕਿ ਕੁਝ ਕੁ ਗੱਲਾਂ ਜਦੋਂ ਆਪਾਂ ਦੇਖਦੇ ਨਹੀਂ ਹੈਗੇ ਤਾਂ ਇਹ ਲੱਗਦਾ ਕਿ ਵੀਡੀਓ ਦੇ ਵਿੱਚ ਅਸਲ ਗੱਲ ਸੁਣਨ ਤੋਂ ਰਹਿ ਜਾਂਦੀ ਹੈ ਤੇ ਲੱਗਦਾ ਕਿ ਯਾਰ ਉਸ ਗੱਲ ਨੂੰ ਟੱਚ ਨਹੀਂ ਕੀਤਾ ਆਪਾਂ ਕਿਉਂ ਝਾੜ ਵਧੀਆ ਰਹਿਣ ਦੀ ਗੱਲ ਕਰਾਂਗੇ ਐਂਡ ਤੇ ਕਰਦੇ ਆਂ ਗੱਲ ਪਰ ਉਸ ਤੋਂ ਪਹਿਲਾਂ ਆਪਾਂ ਅਗਲੀ ਗੱਲਬਾਤ ਜੇਕਰ ਕਰੀਏ 5 ਨਵੰਬਰ ਤੋਂ 25 ਨਵੰਬਰ ਤੱਕ ਦੀ ਬਿਜਾਈ ਵਾਲੀਆਂ ਜਿਹੜੀਆਂ ਕਿਸ ਕਿਸਮਾਂ ਨੇ ਜਾਂ ਪੱਕੀਆਂ ਦੀਆਂ ਕਣਕਾਂ ਨੇ ਜਾਂ ਜਿਹੜੇ ਖੇਤ ਨੇਗੇ ਇਹਨਾਂ ਦੇ ਠੰਡ ਦਾ ਜਿਹੜਾ ਅਸਰ ਆ ਜਿਵੇਂ ਜਿਵੇਂ ਲੇਟ ਬਜਾਈ ਹੋਈ ਗਈ ਜਾਂ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਦੇਖਿਆ ਉਹਨਾ ਕਿ ਜਿਵੇਂ ਜਿਵੇਂ ਲੇਟ ਦੁੱਧਾ ਹੋਇਆ ਜਾਂ ਗੋਭ ਦੇ ਵਿੱਚ ਸੀ ਉਸ ਤਰੀਕੇ ਦੇ ਨਾਲ ਬੱਲੀਆਂ ਭਾਵੇਂ ਉਸ ਸਮੇਂ ਗੋਭ ਵਿੱਚ ਸੀਆਂ ਪਰ ਅਸਰ ਘੱਟ ਜ਼ਰੂਰ ਹੋਇਆ ਪਰ ਥੋੜਾ ਮੋਟਾ ਅਸਰ ਹੋਇਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਨਹੀਂ ਹੋਇਆ 5 ਤੋਂ ਜਿਹੜੀ 15 ਤਰੀਕ ਵਾਲੀਆਂ ਨੇ ਕਣਕਾਂ ਦੀ ਬਿਜਾਈ ਹੋਈ ਆ ਉਹਨਾਂ ਤੇ ਠੰਡ ਦਾ ਅਸਰ ਉਸ ਸਮੇਂ ਦੀ ਠੰਡ ਆ ਜਿਹੜੀ ਉਹਦਾ ਅਸਰ ਜ਼ਿਆਦਾ ਹੋਇਆ ਤੇ 15 ਤੋਂ 25 ਵਾਲਿਆਂ ਤੇ ਉਸ ਠੰਡ ਦਾ ਅਸਰ ਠੀਕ ਆ ਫਟਾਰੇ ਦੇ ਸਮੇਂ ਤੇ ਇਹ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲਬਾਤ ਹੋਰ ਕੀਤੀ ਕਿਸਾਨ ਵੀਰੋ ਕਿ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਮੌਸਮ ਸੀ ਉਸ ਦੇ ਹਿਸਾਬ ਦੇ ਨਾਲ ਆ ਇਸ ਵਾਰ ਆਪਾਂ ਨੇ ਟ੍ਰੀਟ ਨਹੀਂ ਕਰਨਾ ਕਣਕ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹਦਾ ਕਾਰਨ ਕਿਉਂਕਿ ਇਸ ਵਾਰ ਕਣਕਾ ਆਪਾਂ ਸ਼ੁਰੂ ਤੋਂ ਹੀ ਕਹਿ ਰਹੇ ਕਿ ਇੱਕ ਹਫ਼ਤੇ ਤੋਂ ਲਾ ਕੇ 10-12 ਦਿਨਾਂ ਤੱਕ ਲੇਟ ਚੱਲ ਰਹੀ ਇਹਨਾਂ ਨੇ ਤਾਂ ਉਸ ਹਿਸਾਬ ਨਾਲ ਹੀ ਆਉਣ ਵਾਲੇ ਦਿਨਾਂ 'ਚ ਪਾਣੀ ਵੀ ਲਾ ਸਕਦੇ ਆ ਜੇਕਰ ਜ਼ਮੀਨਾਂ ਹੌਲੀਆਂ ਨੇ ਜੇਕਰ ਜ਼ਿਆਦਾ ਭਾਰੀ ਨੇ ਤਾਂ ਲਾਸਟ ਪਾਣੀ ਦਾ ਟਾਈਮ ਚੱਲ ਰਿਹਾਗਾ ਲਗਭਗ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਉਹ ਤੁਸੀਂ ਆਪ ਮੈਨੇਜ ਕਰਨਾ ਹੁੰਦਾਗਾ ਪਰ ਜੇਕਰ ਗੱਲਬਾਤ ਕਰੀਏ ਆਪਾਂ ਕਹਿੰਦੀ ਕਿ ਕਿਉਂਕਿ ਆਪਾਂ 15 ਤੋਂ 25 ਨਵੰਬਰ ਵਾਲੀਆਂ ਦੇ ਕਿਵੇਂ ਕਹਿ ਰਹੇ ਆ ਕਿ ਅਸਰ ਘਟ ਉਹਨਾਂ ਦੇ ਫਟਾਰੇ ਤੇ ਉਹਨਾਂ ਦੇ ਬਾਦਦੇ ਤੇ ਅਸਰ ਜ਼ਰੂਰ ਹੋਇਆ ਪਰ ਜਿਹੜਾ ਦਾਣੇ ਤੇ ਅਸਰ ਉਹਨਾਂ ਦੇ ਘੱਟ ਹੋਇਆ ਇਹ ਗੱਲ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਨੋਟ ਕਰੋਗੇ ਤੇ ਅੱਗੇ ਗੱਲ ਉਹਨਾਂ ਦੀ ਵੀ ਕਰ ਲੈਣੇ ਆ ਜਿਹੜੇ 25 ਨਵੰਬਰ ਤੋਂ 20 ਦਸੰਬਰ ਤੱਕ ਬਿਜਾਈ ਹੋਈ ਆ ਉਹਨਾਂ ਦਾ 60% ਜਿਹੜਾ ਫੈਸਲਾ ਕਿਸਾਨ ਵੀਰੋ ਅੱਜ ਦੇ ਅੱਜ ਆਪਾਂ ਕਹਿ দিਏ ਕਿ 20 21 ਮਾਰਚਸ ਹੈ ਤੁਸੀਂ ਦੇਖ ਰਹੇ ਹੋਣੇ ਇਹ ਵੀਡੀਓ ਜਿਹੜੀ 20 ਮਾਰਚ ਨੂੰ ਜਾਂ 21 ਮਾਰਚ ਨੂੰ ਤੁਹਾਡੇ ਤੱਕ ਪਹੁੰਚੀ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਦੇਖ ਸਕਦੇ ਹੋਗੇ ਗੱਲਬਾਤ ਤੇ ਅੱਜ ਧੁੱਪ ਐਨ ਵਾਲੀ ਗਰਮੀ ਕਰੂਗੀ 60% ਤੱਕ ਝਾੜਦਾ ਫੈਸਲਾ ਇਹਦੇ ਤੇ ਡਿਪੈਂਡ ਹੋਊਗਾ ਕਿਉਂਕਿ ਕੀ ਹੁੰਦਾ ਕਿ ਏਦੂ ਬਾਅਦ ਆਪਾਂ ਆਸ ਗਰਮੀ ਦੀ ਹੁੰਦੀ ਆ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਆ ਜੇਕਰ ਪਿਛਲੇ ਸਾਲ ਵਾਲਾ ਮੌਸਮ ਆ ਜੀ ਤਾਂ ਵੱਖਰੀ ਗੱਲ ਨਹੀਂ ਤਾਂ ਹੁਣ ਜਿਹੜੀ ਏਦੂ ਬਾਅਦ ਟੈਂਪਰੇਚਰ ਉਹ ਉੱਪਰ ਜਾਣਾ ਸ਼ੁਰੂ ਹੋ ਜਾਂਦਾ ਤੇ ਏਦੂ ਬਾਅਦ ਬੀਜੀਆਂ ਕਣਕਾਂ ਜਿਹੜੀਆਂ ਇੰਨਾ ਤਰੀਕਾਂ ਦੇ ਵਿੱਚ ਬੀਜੀਆਂ ਨੇ ਆਪਾਂ ਕਹਿੰਦੀ ਆ 20 ਦਸੰਬਰ ਤੱਕ 25 ਨਵੰਬਰ ਤੋਂ ਬਾਅਦ ਵਾਲੀਆਂ ਉਹਨਾਂ ਨੂੰ ਲੜੀਵਾਰ ਤੁਸੀਂ 10 ਅਪ੍ਰੈਲ ਤੱਕ ਲਾਸਟ ਪਾਣੀ ਲਾ ਸਕਦੇ ਹੋ ਜੇਕਰ ਤੁਹਾਡੀਆਂ ਦਰਮਿਆਨੀਆਂ ਜਾਂ ਰੇਤਲੀਆਂ ਜ਼ਮੀਨਾਂ ਨੇ ਭਾਰੀਆਂ ਜ਼ਮੀਨਾਂ ਦੇ ਵਿੱਚ ਵੀ ਆਪਾਂ ਕਾਫੀ ਲੇਟ ਤੱਕ ਪਾਣੀ ਇਹਦਾ ਲਗਾ ਸਕਦੇ ਹਾਂਗੇ ਤੇ ਆਪਾਂ ਪਿੱਛੇ ਜੀ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਸੀ ਐਸੇ ਵੀਡੀਓ ਦੇ ਵਿੱਚ ਕਿ ਅਗੇਤੀਆਂ ਦਾ ਝਾੜ ਚੰਗਾ ਰਹੂਗਾ ਉਹ ਕਿਉਂ ਰਹੂਗਾ ਕਿਸਾਨ ਪ੍ਰਭੂ ਆਪਾਂ ਗੱਲਬਾਤ ਕਰੀਏ ਜੇਕਰ ਤਾਂ ਅਗੇਤੀਆਂ ਕਣਕਾਂ ਨੇ ਜਿਹੜੀਆਂ ਆਪਣਾ ਕਾਫੀ ਸਾਰਾ ਕੰਮ ਆ ਉਹ ਸਮੇਟ ਚੁੱਕੀਆਂ ਨੇ ਕਣਰਾਪਾਬ ਦਾਣਾ ਕਾਫੀ ਹੱਦ ਤੱਕ ਉਹਨਾਂ ਦਾ ਠੀਕ ਬਣ ਰਿਹਾ ਹੈਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਵੱਧ ਤੋਂ ਵੱਧ ਜੇਕਰ ਇੱਕ ਹਫ਼ਤਾ ਵੀ ਠੀਕ-ਠਾਕ ਟੈਂਪਰੇਚਰ ਚੱਲਦਾ ਹੈ ਨਾ ਜਿਵੇਂ ਕਿ ਹੁਣ ਚੱਲ ਰਿਹਾ ਹੈਗਾ ਆਪਾਂ ਕੱਲ੍ਹ ਵਾਲੀ ਰਾਤ ਖੇਤਾਂ ਦੇ ਵਿੱਚ ਪਾਣੀ ਲਾ ਰਹੇ ਸੀ ਤਾਂ ਰਾਤ ਨੂੰ ਇੱਕ ਆਪਾਂ ਕਹਿੰਦੇ ਥੋੜੀ ਪਤਲੀ ਧੁੰਦ ਵੀ ਦੇਖਣ ਨੂੰ ਮਿਲੀ ਪਿਛਲੀ ਰਾਤ ਜਿਹਨੂੰ ਕਹਿ ਦਿੰਦੇ ਆਪਾਂ 1 ਵਜੇ ਤੋਂ 4 ਵਜੇ ਤੱਕ ਤਾਂ ਕਾਫੀ ਸਾਰਾ ਇਹ ਚੀਜ਼ ਦਾ ਵੀ ਬੈਨੀਫਿਟ ਮਿਲਦਾ ਜ਼ਰੂਰ ਆ ਪਰ ਦਿਨੇ ਜਦੋਂ ਮੌਸਮ ਅੱਪ ਹੋ ਜਾਂਦਾ ਰਾਤ ਨੂੰ ਘਟ ਹੋ ਜਾਂਦਾ ਤਾਂ ਉੱਥੇ ਥੋੜੀ ਜਿਹੀ ਸਟ੍ਰੈਸ ਜ਼ਰੂਰ ਆਉਂਦੀ ਆ ਪਰ ਇਹਦਾ ਝਾੜ ਤੇ ਕੋਈ ਆਪਾਂ ਮਾੜਾ ਅਸਰ ਨਹੀਂ ਕਹਿ ਸਕਦੇ ਪੂਗਾ ਗੇਤਿਆਂ ਕਣਕਾਂ ਦਾ ਆਪਾਂ ਵਧੀਆ ਝਾੜ ਕਹਿ ਸਕਦੇ ਆ ਠੀਕ ਰਹਿ ਸਕਦਾ ਝਾੜ ਤੇ ਜੇ ਕਿਤੇ ਅਗਲੇ ਦਿਨਾਂ ਦੇ ਵਿੱਚ ਪਿਛਲੇ ਸਾਲ ਵਾਂਗੂ ਠੰਡ ਪੈ ਗਈ ਤਾਂ ਆਪਾਂ ਟੌਪ 10 ਝਾੜ ਕਹਿ ਸਕਦੇ ਆ ਕਿ ਪਿਛਲੇ ਸਾਲ ਨਾਲੋਂ ਪਲੱਸ ਹੋ ਸਕਦਾ ਮਾਈਨਸ ਨਹੀਂ ਹੁੰਦਾ ਪਰ ਜੇਕਰ ਹੁਣ ਜਿਵੇਂ ਚੱਲ ਰਿਹਾ ਮੌਸਮ ਇਸ ਤਰੀਕੇ ਦਾ ਰਿਹਾ ਤਾ ਫਿਰ ਜਿਹੜਾ ਝਾੜ ਆ ਪਿਛਲੇ ਸਾਲ ਨਾਲੋਂ ਕੁਮਾਂਟਲ ਦੋ ਕੁਮਾਂਟਲ ਘਟ ਸਕਦਾ ਬਦਨ 100% ਨਾਮੁਕਣੀ ਹੈ ਤੇ ਵੈਦਰ ਅਪਡੇਟ ਦੇ ਮੁਤਾਬਕ ਜੇਕਰ ਆਪਾਂ ਗੱਲਬਾਤ ਕਰੀਏ ਕਿਸਾਨ ਵੀਰੋ ਤਾਂ ਜੇਕਰ ਕਿਤੇ ਕਿਨ ਨਾਮੁਕਣੀ ਪੈਦੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਿ ਵੀਰ ਕਹਿ ਰਹੇ ਨੇ ਤਾਂ ਜੇਕਰ ਮੌਸਮ ਠੰਡਾ ਹੁੰਦਾ ਤਾਂ ਝਾੜ ਜਿਹੜਾ ਉਹ ਅਗੇਤੀਆਂ ਕਣਕਾਂ ਦਾ ਪੂਰਾ ਟੌਪ ਨਿਕਲ ਜੂ ਤੇ ਜਿਹੜੀਆਂ ਮੀਡੀਅਮ ਟਾਈਮ ਤੇ ਬੀਜੀਆਂ ਨੇ ਉਹਨਾਂ ਦਾ ਆਪਾਂ ਟੌਪ ਦਾ ਕਹਿ ਸਕਦੇ ਹਾਂ ਤੇ ਉਹਦੋਂ ਪਿਛਲੀਆਂ ਕਣਕਾਂ ਬੀਜੀਆਂ ਉਹਨਾਂ ਨੇ ਦਸੰਬਰ ਤੇ ਮਹੀਨੇ ਦੇ ਵਾਲੀਆਂ ਉਹਨਾਂ ਦੇ ਵਿੱਚ ਵੀ ਇਹਦਾ ਜਿਹੜਾ ਠੰਡ ਦਾ ਅਸਰ ਆ ਉਹ ਕਾਫੀ ਹੱਦ ਤੱਕ ਦੇਖਣ ਨੂੰ ਮਿਲੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਝਾੜ ਜਿਹੜਾ ਉਹ ਵਧੀਆ ਰਹਿ ਸਕਦਾ ਹੈਗਾ ਕਣਕ ਦਾ ਪਰ ਪਿਛਲੇ ਸਾਲ ਜਿਆਦਾ ਲੰਬੀ ਠੰਡ ਚੱਲੀ ਸੀ ਬੱਦਨ ਤੱਕ ਠੰਡ ਰਹੀ ਸੀ ਇਸੇ ਕਰਕੇ ਝਾੜ ਵਧੀਆ ਨਿਕਲੇ ਸੀ ਬਹੁਤ ਸਾਰੇ ਕਿਸਾਨ ਵੀਰਾਂ ਦਾ ਝਾੜ ਬਹੁਤ ਟੌਪ ਦਾ ਰਿਹਾ ਸੀ ਆਪਾਂ ਉਸ ਨੂੰ ਤਾਂ ਆਪਾਂ ਟੌਪ ਦਾ ਝਾੜ ਕਹਿ ਸਕਦੇ ਹਾਂ ਪਰ ਇਸ ਵਾਰ ਵਧੀਆ ਰਹਿਣ ਦੇ ਅਸਾਰ ਨੇ ਆਪਾਂ ਪਹਿਲੇ ਕਹਿਣਾ ਤਾਂ ਇਹ ਥੋੜਾ ਜਿਹਾ ਕਾਲੀ ਹੋਊਗੀ ਕਿ ਪਿਛਲੇ ਸਾਲ ਨਾਲੋਂ ਵਧੀਆ ਹੋਊਗਾ ਝੜ ਪਰ ਆਉਣ ਵਾਲੇ 10 ਦਿਨ 10 ਤੋਂ ਕਹਿਣ ਦਾ ਭਾਵ 5 ਅਪ੍ਰੈਲ ਤੱਕ ਫੈਸਲਾ ਹੋ ਜਾਊਗਾ ਕਿ ਝੜਾ ਪਿਛਲੇ ਸਾਲ ਜਿੰਨਾ ਨਿਕਲਣਾ ਜਾਂ ਪਿਛਲੇ ਸਾਲ ਤੋਂ ਘਟ ਜਾਣਾ ਕਿਉਂਕਿ ਪਿਛਲੇ ਸਾਲ ਨਾਲੋਂ ਪਲੱਸ ਹੋਣਾ ਆਪਾਂ ਕਹਿ ਦਈਏ ਕਿ ਜੇਕਰ ਉਨੀ ਠੰਡ ਪੈਂਦੀ ਹੈ ਫੇਰ ਜਾ ਕੇ ਕਿਤੇ ਉਹਨੂੰ ਟੱਚ ਕਰ ਸਕਦਾ ਮੇਰਾ ਖਿਆਲ ਆ ਕਲੀਅਰ ਹੋ ਗਿਆ ਹੁਣ ਜੋ ਵੀ ਆਪਾਂ ਗੱਲ ਕਹਿਣੀ ਚਾਹੁੰਦੇ ਸੀ ਫੇਰ ਵੀ ਜੇਕਰ ਤੁਹਾਡਾ ਕੋਈ ਵਿਚਾਰ ਹੋਇਆ ਜਾਂ ਹੋ ਸਕਦਾ ਤੁਹਾਡੇ ਕੋਲੇ ਇਸ ਤੋਂ ਵਧੀਆ ਜਾਣਕਾਰੀ ਹੋਈ ਤਾਂ ਜਰੂਰ ਕਮੈਂਟਾਂ ਦੇ ਵਿੱਚ ਸਾਂਝੀ ਕਰਿਆ ਕਰੋ ਤਾਂ ਜੋ ਤੁਹਾਡੇ ਕਮੈਂਟ ਦੇ ਦੇਖ ਕੇ ਹੋਰ ਬਹੁਤ ਸਾਰੇ ਵੀਰ ਹੋਰ ਸਾਰੇ ਕਿਸਾਨ ਭਰਾ ਤੁਹਾਡੇ ਤੋਂ ਸੇਧ ਲੈ ਸਕਣ ਕਿਉਂਕਿ ਤੁਸੀਂ ਆਪਣੇ ਖੇਤ ਦੇ ਡਾਕਟਰ ਖੁਦ ਹੋ ਧੰਨਵਾਦ ਕਿਸਾਨ ਵੀਰੋ